ਅਸੀਂ ਪੜ੍ਹ ਰਹੇ ਸੀ ਬੱਚੇ ਮਾਈਏ ਮਾਈਏ ਦੀ ਜਾਣ ਪਛਾਣ ਤੁਹਾਡੇ ਨਾਲ ਕਰਵਾ ਦਿੱਤੀ ਸੀ ਕਿ ਮਾਈਏ ਨੂੰ ਬਾਲੋ ਮਾਈਆ ਵੀ ਕਹਿ ਦਿੱਤਾ ਜਾਂਦਾ ਹੈ। ਬਾਲੋ ਨੂੰ ਜ਼ਿਆਦਾਤਰ ਮਰਦ ਅਤੇ ਮਾਈਏ ਨੂੰ ਇਸਤਰੀਆਂ ਗਾਉਂਦੀਆਂ ਹਨ ਅਤੇ ਲੋਕ ਗੀਤਾਂ ਦਾ ਇੱਕ ਆਵਰੂ ਪੱਛਮੀ ਪੰਜਾਬ ਦੇ ਵਿੱਚ ਪ੍ਰਚਲਿਤ ਹੈ। ਇਹਦੀਆਂ ਆਮ ਤੌਰ 'ਤੇ ਦੋ ਤੁਕਾਂ ਹੁੰਦੀਆਂ ਹਨ ਪਰ ਦੂਜੀ ਤੁੱਕ ਪਹਿਲੀ ਨਾਲੋਂ ਲਗਭਗ ਦੁੱਗਣੀ ਹੁੰਦੀ ਹੈ, ਜ਼ਿਆਦਾ ਵੱਡੀ ਹੁੰਦੀ ਹੈ, ਇਸ ਕਰਕੇ ਇਹਨੂੰ ਦੋ ਹਿੱਸਿਆਂ 'ਚ ਲਿਖ ਦਿੱਤਾ ਜਾਂਦਾ ਹੈ ਜਿਸ ਕਰਕੇ ਇਹ ਤਿੰਨ ਸਤਰਾਂ ਦਾ ਇੱਕ ਛੋਟਾ ਜਿਹਾ ਕਾਵਰੂਪ ਬਣ ਜਾਂਦਾ ਹੈ। ਔਰ ਇਹਦੇ ਵਿੱਚ ਪਹਿਲੀ ਤੁੱਕ ਅਕਸਰ ਆਖਰੀ ਤੁੱਕ ਦੇ ਨਾਲ ਤੁਕਾਂਤ ਮਿਲਣ ਵਾਸਤੇ ਹੁੰਦੀ ਹੈ, ਇਹਦਾ ਕੋਈ ਅਰਥ ਜ਼ਿਆਦਾਤਰ ਨਹੀਂ ਹੁੰਦਾ। ਤਾਂ ਬੱਚੋ ਪਹਿਲੇ 8 ਮਾਈ ਅਸੀਂ ਕਰ ਲਏ ਸੀ, 9ਵਾਂ ਸਾਡੇ ਕੋਲ ਹੈ ਹੱਥ ਸੁਰਖ ਬਟੇਰ ਆਏ ਅਸਾਂ ਕਿਹੜਾ ਨਿੱਤ ਆਵਣਾ ਸਾਡਾ ਜੋਗੀ ਵਾਲਾ ਫੇਰ ਆਏ। ਵਿਆਹੀਆਂ ਵਰੀਆਂ ਕੁੜੀਆਂ ਜਿਹੜੀਆਂ ਨੇ ਉਹ ਆਪਣੇ ਪੇਕੇ ਮਹਿਮਾਨਾਂ ਮੰਗਵਾਉਂਦੀਆਂ ਨੇ, ਤਾਂ ਇਸ ਰੈਫਰੈਂਸ ਦੇ ਵਿੱਚ ਵੀ ਗੱਲ ਕੀਤੀ ਹੋਈ ਹੋ ਸਕਦੀ ਹੈ ਜਾਂ ਇੱਕ ਪਰਦੇਸਣ ਨਾਇਕਾ ਜਿਹੜੀ ਹੈ ਉਹ ਆਪਣੇ ਫੇਰੇ ਦੀ ਗੱਲ ਕਰਦੀ ਹੈ ਕਿ ਉਹਨੇ ਕਿਹੜਾ ਰੋਜ਼ ਰੋਜ਼ ਆਪਣੇ ਪ੍ਰੇਮੀ ਨੂੰ ਮਿਲਣ ਆਉਣਾ ਹੈ। ਉਹਨੇ ਤਾਂ ਜਿਵੇਂ ਇੱਕ ਜੋਗੀ ਭਿਕਸ਼ਾ ਮੰਗਣ ਜਾਂਦਾ ਹੈ ਅਤੇ ਵਾਪਸ ਚਲਾ ਜਾਂਦਾ ਹੈ, ਥੋੜ੍ਹੇ ਟਾਈਮ ਲਈ ਉਸਦੇ ਸ਼ਹਿਰ ਵਿੱਚ ਆਈ ਹੈ ਅਤੇ ਵਾਪਸ ਚਲੀ ਜਾਏਗੀ। ਅਗਲਾ ਹੈ ਦੋ ਪੱਤਰ ਅਨਾਰਾਂ ਦੇ, ਸਾਡੀ ਗਲੀ ਲੰਘ ਮਾਈਆ ਦੁੱਖ ਟੁੱਟਣ ਬਿਮਾਰਾਂ ਦੇ, ਆਪਣੇ ਪ੍ਰੇਮੀ ਨੂੰ ਜਿਹੜਾ ਹੈ ਸੰਬੋਧਿਤ ਹੋ ਕੇ ਪ੍ਰੀਤ ਨਾਇਕਾ ਕਹਿੰਦੀ ਹੈ ਕਿ ਜੇ ਉਹ ਉਸਦੀ ਗਲੀ ਵਿੱਚੋਂ ਲੰਘ ਜਾਂਦਾ ਹੈ ਤਾਂ ਉਸਦੇ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ। ਉਹਨੂੰ ਬੇਨਤੀ ਕਰਦੀ ਹੈ ਕਿ ਤੂੰ ਸਾਡੀ ਗਲੀ ਵਿੱਚੋਂ ਲੰਘ, ਕਿਉਂਕਿ ਤੈਨੂੰ ਦੇਖ ਕੇ ਤਾਂ ਜਿਹੜਾ ਤਕਲੀਫ ਦੇ ਵਿੱਚ ਹੋਵੇ, ਬੰਦਾ ਬਿਮਾਰ ਹੋਵੇ, ਦੁਖੀ ਹੋਵੇ, ਉਹਦੇ ਦੁੱਖ ਟੁੱਟ ਜਾਂਦੇ ਆ, ਖਤਮ ਹੋ ਜਾਂਦੇ ਆ, ਅਤੇ ਮੇਰੇ ਦੁੱਖ ਦੇ ਖਾਤਮੇ ਵਾਸਤੇ ਤੂੰ ਮੇਰੀ ਗਲੀ ਵਿੱਚੋਂ ਲੰਘ ਕੇ ਮੈਨੂੰ ਦਰਸ਼ਨ ਦੇ। ਅੱਗੇ ਜਾ ਕੇ ਕਹਿੰਦੀ ਹੈ ਤੁਸੀਂ ਜੱਗ ਤੋਂ ਨਿਰਾਲੇ ਹੋ, ਅਸੀਂ ਪਰਦੇਸੀ ਹਾਂ, ਤੁਸੀਂ ਦੇਸਾਂ ਵਾਲੇ ਹੋ। ਉਹ ਫਿਰ ਉਹੀ ਗੱਲ ਹੈ ਕਿ ਪਰਦੇਸੀ ਹੋਣ ਦਾ ਦੁੱਖ ਇੱਕ ਵਾਰੀ ਫਿਰ ਇਸ ਮਾਈਏ ਦੇ ਵਿੱਚ ਲੱਗਦਾ ਹੈ। ਆਪਣੇ ਦੇਸ਼ ਦੇ ਵਿੱਚ ਰਹਿਣ ਦਾ ਮਾਣ ਹੀ ਕੁਛ ਹੋਰ ਹੁੰਦਾ ਹੈ ਅਤੇ ਆਪਣੀ ਪਰਦੇਸੀ ਹੋਣ ਦਾ ਝੋਰਾ ਜਾਂ ਦੁੱਖ ਪ੍ਰਗਟ ਕੀਤਾ ਗਿਆ ਹੈ। ਅਗਲਾ ਜਿਹੜਾ ਮਾਈਆ ਹੈ ਇਹਦੇ ਵਿੱਚ ਬੜੇ ਮਾਣ ਨਾਲ ਉਹ ਗੱਲ ਕਰਦੀ ਹੈ ਕਿ ਉਸਦੇ ਪਰਦੇਸੀ ਪਤੀ ਦੀ ਚਿੱਠੀ ਆਈ ਹੈ, ਕੋਠੇ 'ਤੇ ਕਾਂ ਬੋਲੇ, ਚਿੱਠੀ ਮੇਰੇ ਮਾਈਏ ਦੇ ਵਿੱਚ ਮੇਰਾ ਹੀ ਨਾਂ ਬੋਲੇ, ਕਿ ਉਸਦੇ ਮਾਈਏ ਦੀ ਉਸਦੇ ਪਤੀ ਦੀ ਪਰਦੇਸੀ ਪਤੀ ਦੀ ਚਿੱਠੀ ਉਸਨੂੰ ਪ੍ਰਾਪਤ ਹੋਈ ਹੈ ਅਤੇ ਪੂਰੀ ਚਿੱਠੀ ਦੇ ਵਿੱਚ ਸਿਰਫ ਪ੍ਰੀਤ ਨਾਇਕਾ ਦਾ ਯਾਨੀ ਕਿ ਸੌਰਤ ਦਾ ਜਾਂ ਪਤਨੀ ਦਾ ਹੀ ਵਰਣਨ ਹੈ, ਉਸਦੀ ਹੀ ਗੱਲ ਕੀਤੀ ਗਈ ਹੈ, ਤਾਂ ਇਸ ਗੱਲ 'ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੀ ਹੈ। ਅਤੇ ਇਸੇ ਦੇ ਨਾਲ ਮਿਲਦਾ ਜੁਲਦਾ ਅਗਲਾ ਜਿਹੜਾ ਹੈ ਮਾਈਆ ਕਹਿੰਦੀ ਹੈ ਤੰਦੂਰੀ ਤਾਈ ਹੋਈ ਆ, ਖਸਮਾਂ ਨੂੰ ਖਾਣ ਰੋਟੀਆਂ, ਚਿੱਠੀ ਮਾਈਏ ਦੀ ਆਈ ਹੋਈ ਆ। ਤੰਦੂਰੀ ਤਾਉਣਾ ਮੀਨਸ ਤੰਦੂਰ ਤਪਾਉਣਾ, ਠੀਕ ਹੈ, ਤੰਦੂਰ ਤਪਾਇਆ ਹੋਇਆ ਹੈ ਰੋਟੀਆਂ ਲਾਉਣ ਨੂੰ, ਪਰ ਚਿੱਠੀ ਆ ਗਈ ਮਾਈਏ ਦੀ ਤਾਂ ਉਹ ਕਹਿੰਦੀ ਹੈ ਮੈਨੂੰ ਰੋਟੀਆਂ ਪਕਾਉਣ ਦੀ ਵੀ ਹੁਣ ਕੋਈ ਪਰਵਾਹ ਨਹੀਂ ਹੈਗੀ, ਮੇਰਾ ਦਿਲ ਆਪਣੇ ਮਾਈਏ ਦੇ ਆਪਣੇ ਪਤੀ ਦੇ ਖਿਆਲਾਂ ਦੇ ਵਿੱਚ ਡੁੱਬ ਗਿਆ ਹੈ, ਮੈਂ ਤਾਂ ਸਿਰਫ ਉਸਦੇ ਆਉਣ ਦੀ ਉਡੀਕ ਜਿਹੜੀ ਹੈ ਹੁਣ ਕਰ ਰਹੀ ਹਾਂ। ਅਗਲੇ ਮਾਈਏ ਦੇ ਵਿੱਚ ਕਹਿੰਦੀ ਹੈ ਕੋਠੇ ਤੋਂ ਆ ਮਾਈਆ, ਫੁੱਲਾਂ ਦੀਆਂ ਬਹੁ ਸ਼ੌਕੀ, ਵਿਹੜੇ ਬਾਗ ਲਵਾ ਮਾਈਆ, ਆਪਣੇ ਪ੍ਰੇਮੀ ਨੂੰ ਜਾਂ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਜੇ ਤੈਨੂੰ ਫੁੱਲਾਂ ਦਾ ਬਹੁਤ ਸ਼ੌਕੀਨ ਹੈ ਤਾਂ ਤੈਨੂੰ ਵਿਹੜੇ ਦੇ ਵਿੱਚ ਬਾਗ ਜਿਹੜਾ ਹੈ ਉਹ ਲਵਾ ਲੈਣਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਲਾਸਟ ਜਿਹੜਾ ਸਾਡਾ ਹੈ ਬੱਚੋ ਮਾਈਆ ਉਹ ਹੈ ਬਾਗੇ ਵਿੱਚ ਖੱਜੀਆਂ ਨੇ, ਖੱਜੀਆਂ ਮੀਨਸ ਖਜੂਰਾਂ, ਮਿਲਣਾ ਤਾਂ ਮਿਲ ਬਾਲੋ, ਅਸਾਂ ਝੋਕਾਂ ਲੱਦੀਆਂ ਨੇ। ਬਾਲੋ ਤਾਂ ਉਹ ਤੁਹਾਨੂੰ ਦੱਸਿਆ ਸੀ ਕਿ ਮਾਈਏ ਅਤੇ ਬਾਲੋ ਦੇ ਆਪਸੀ ਸਵਾਲ ਜਵਾਬ ਦੇ ਰੂਪ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਈਏ ਨੇ ਮਿਲਦੇ ਨੇ, ਤਾਂ ਉਹ ਸੰਬੋਧਿਤ ਆਪਣੇ ਬਾਲੋ ਨੂੰ ਸੰਬੋਧਿਤ ਹੋ ਕੇ ਕਹਿੰਦੀ ਹੈ ਕਿ ਬਾਗਾਂ ਵਿੱਚ ਖਜੂਰਾਂ ਲੱਗੀਆਂ ਹੋਈਆਂ ਨੇ, ਝੋਕਾਂ ਮੀਨਸ ਡੇਰਾ, ਇਹਦੀਆਂ ਮੀਨਸ ਜਾਣਾ, ਅਸੀਂ ਆਪਣਾ ਡੇਰਾ ਚੱਕ ਕੇ ਤੋਂ ਚਲੇ ਜਾਣਾ ਹੈ, ਇਸ ਕਰਕੇ ਤੂੰ ਸਾਨੂੰ ਮਿਲਣਾ ਹੈ ਤਾਂ ਆ ਕੇ ਇੱਕ ਵਾਰੀ ਮਿਲ ਜਾ। ਤਾਂ ਬੱਚੋ ਇਸ ਤਰ੍ਹਾਂ ਕਰਕੇ ਐਕਚੁਅਲੀ ਤੁਹਾਡੀ ਵੀਡੀਓਜ਼ ਜਿਹੜੇ ਬਣਾਉਣੇ ਮੈਨੂੰ ਥੋੜ੍ਹੇ ਮੁਸ਼ਕਿਲ ਲੱਗ ਰਹੇ ਨੇ, ਸਿਲੇਬਸ ਨਵਾਂ ਹੈ, ਸਿਰਫ ਇਹੀ ਚੀਜ਼ ਨਹੀਂ ਕਿ ਇਹ ਲੋਕ ਸਾਹਿਤ ਲੋਕ ਗੀਤਾਂ ਦੇ ਉਹ ਰੂਪ ਨੇ ਜਿਹੜੇ ਕਿ ਗਾਇਆ ਹੀ ਅਸੀਂ ਇੰਜੋਏ ਕਰਦੇ ਹਾਂ ਅਤੇ ਮਨ ਦੇ ਭਾਵਾਂ ਦੀ ਵਿਆਖਿਆ ਕਰਨੀ ਜਿਹੜੀ ਹੈ ਉਹ ਸੰਭਵ ਨਹੀਂ ਹੈ। ਕਿਸ ਮਨੋਭਾਵ ਨੂੰ ਪ੍ਰਗਟ ਕਰਨ ਲਈ ਇਹ ਕਿਸੇ ਨੇ ਗਾਏ ਹੋਣੇ ਅਤੇ ਗਾਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਚਲੇ ਗਏ, ਤਾਂ ਜਦੋਂ ਅਸੀਂ ਅਰਥ ਕਰਨ ਬੈਠਦੇ ਹਾਂ ਤਾਂ ਉਹਨਾਂ ਦੀ ਖੂਬਸੂਰਤੀ ਜਿਹੜੀ ਖਤਮ ਹੋ ਜਾਂਦੀ ਹੈ। ਮੈਂ ਜ਼ਰੂਰੀ ਤੁਹਾਡੇ ਨਾਲ ਕੁਛ ਪ੍ਰੀ ਰਿਕਾਰਡਡ ਰੈਡੀਮੇਡ ਵੀਡੀਓਜ਼ ਜਾਂ ਦੂਰਦਰਸ਼ਨ ਦੀ ਵੀਡੀਓਜ਼ ਜਾਂ ਪ੍ਰੋਫੈਸ਼ਨਲ ਵੱਲੋਂ ਗਾਏ ਹੋਏ ਇਹ ਜਿਹੜੇ ਮਾਈਏ ਨੇ ਜਾਂ
ਬੋਲੀਆਂ ਵੀ ਆਪਣੇ ਸਿਲੇਬਸ 'ਚ ਹੈ ਜਾਂ ਸੁਹਾਗ ਹੈ ਜਾਂ ਘੋੜੀਆਂ ਜ਼ਰੂਰ ਸ਼ੇਅਰ ਕਰਦੀ ਰਹਾਂਗੀ ਤਾਂ ਕਿ ਤੁਸੀਂ ਉਹਨਾਂ ਦਾ ਸਹੀ ਉਚਾਰਨ ਅਤੇ ਸਹੀ ਤਰੀਕਾ ਜਿਹੜਾ ਹੈ ਉਹ ਸਿੱਖ ਸਕੋ ਬੇਟੋ ਬੱਚਿਓ। ਅਤੇ ਉਦੋਂ ਤੱਕ ਘਰ ਰਹੋ, ਸੁਰੱਖਿਅਤ ਰਹੋ। ਧੰਨਵਾਦ।